ਦੁਰਾਂਦੀ ਵੀ ਹਾਦੀ ਹੋ ਗਈ ਹੈ ਚੋਰਾਂ ਨੂੰ ਹੂਰ ਕੁਝ ਨਹੀਂ ਮਿਲਿਆ ਤਾਂ ਦਿਨ ਦਿਹਾੜੇ ਕਾਟਾ ਚੱਕੀ ਤੋਂ ਦੋ ਛਾਤਰਚੋਰ ਕਣਕ ਦੀਆਂ ਦੋ ਬੋਰੀਆਂ ਚੋੱਕ ਕੇ ਫਰਾਰ ਹੋ ਗਏ ਪਰ ਇਹ ਸਾਰੀ ਘਟਨਾ ਸੜਕ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਘਟਨਾ ਦਿਨਾਂਗਰ ਅਧੀਨ ਪੈਂਦੇ ਪਿੰਡ ਵਾਕਾਂ ਦੀ ਹੈ ਇਸ ਵੰਦ ਚੱਕੀ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਾਡੇ ਘਰ ਕੋਈ ਰਿਸ਼ਤੇਦਾਰ ਆਇਆ ਹੋਇਆ ਸੀ ਜਦੋਂ ਮੈਂ 5 ਮਿੰਟ ਲਈ ਉਹਨਾਂ ਨੂੰ ਮਿਲਣ ਲਈ ਗਿਆ ਤਾਂ ਦੋ ਛਾਤਰਚੋਰ ਸਕੂਟਰੀ ਤੇ ਸਵਾਰ ਹੋ ਕੇ ਆਏ ਇਨਾਵਾਂ ਵੱਲੋਂ ਚੱਕੀ ਅੰਦਰ ਪਈਆਂ ਕਣਕ ਦੀਆਂ ਬੋਰੀਆਂ 'ਚੋਂ ਦੋ ਬੋਰੀਆਂ ਸਕੂਟਰੀ ਤੇ ਚੁੱਕ ਕੇ ਰੱਖ ਲਈਆਂ ਤੇ ਫਰਾਰ ਹੋ ਗਏ। ਜਦ ਛੜਕ ਨਾਰੇ ਲੱਗੇ ਸੀਸੀਟੀਵੀ ਕੈਮਰੇ ਦੇਖੇ ਗਏ ਤੇ ਇਹ ਚੋਰਾਂ ਦੀਆਂ ਤਸਵੀਰਾਂ ਉਹਨਾਂ ਦੇ ਕੈਮਰਿਆਂ ਦੇ ਵਿੱਚ ਕੈਦ ਹੋ ਗਈਆਂ ਸਨ। ਉਹਨਾਂ ਇਸ ਸਬੰਧੀ ਦਿਨਾਂਗਰ ਪੁਲਿਸ ਨੂੰ ਸ਼ਿਕਾਇਤ ਦਾਜ ਕਰਵਾ ਦਿੱਤੀ ਹੈ ਤੇ ਉਹਨਾਂ ਪੁਸਤ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਚੋਰਾਂ ਨੂੰ ਜਲਦੀ ਤੋਂ ਜਲਦੀ ਪਛਾਣ ਕੇ ਇਹਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੱਡੀ ਚੋਰੀ ਨੂੰ ਅੰਜਾਮ ਨਾ ਦੇ ਸਕਣ। ਦੂਜੇ ਪਾਸੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਦਿਨਾਂ ਨਗਰ ਦੇ ਹਾਲੇ ਦੁਆਲੇ ਇਲਾਕੇ ਦੇ ਅੰਦਰ ਨਿਤ ਦਿਨ ਦਿਹਾੜੇ ਲੁੱਟਖੋਹਾਂ ਤੇ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਇਹਨਾਂ ਘਟਨਾਵਾਂ ਨੂੰ ਨੱਥ ਪਾਉਣ ਵਿੱਚ ਸਫਲ ਦਿਖਾਈ ਦੇ ਰਹੀ ਹੈ ਹਾਂਜੀ ਭਾਈ ਇੱਥੇ ਦੋ ਗੈਸਟ ਆਏ ਘਰ ਤੇ ਮੈਂ ਘਰ ਗਿਆ ਤੇ ਜਿਹੜੇ ਵਾਪਸ ਆਇਆ ਇੱਥੇ ਦੋ ਤੋੜੇ ਕੰਕਰੀਟ ਚੁੱਕ ਕੇ ਲੱਗੇ ਚੋਰੀ ਠੀਕ ਹੈ ਤੇ ਕੈਮਰੇ ਚੈੱਕ ਕਰਾਏ ਆ ਇਸ ਰੋਡ ਤੋਂ ਮੜੀਆਂ ਤੱਕ ਗਏ ਆ ਹਾਂਜੀ ਨੰਕੇ ਠੀਕ ਹੈ ਹਾਂਜੀ ਭਾਜੀ ਪੁਲਿਸ ਕੰਪਲੇਂਟ ਕਰਵਾਤੀ ਤੁਸੀਂ ਸਰ ਕਰਾਤੀ ਜੀ ਕੀ ਮੰਗ ਕਰਦੇ ਹੋ ਦੇਖੋ ਜੀ ਅੱਜ ਦੋ ਤੋੜੇ ਚੁਗਿਆ ਕੱਲ ਨੂੰ ਹੋਰ ਵੀ ਵੱਧ ਚੋਰੀ ਕਰ ਸਕਦੇ ਆ ਇਸ ਕਰਕੇ ਜਲਦ ਤੋਂ ਜਲਦੇ ਬੰਦੇ ਫੜੇ ਜਾਣ ਜੀ ਬਹੁਤ ਬਹੁਤ